ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਦੋਸਤੋ, ਅੱਜ ਇੱਕ ਪੰਜਾਬੀ ਨੂੰ 20 ਸਾਲ ਜੇਲ੍ਹ ਦੀਆਂ ਸਲਾਖਾਂ ਪਿੱਛੇ ਬਿਤਾਉਣੇ ਪੈਣਗੇ, ਉਹ ਖਬਰ ਦਾ ਜ਼ਿਕਰ ਮੈਂ ਤੁਹਾਡੇ ਨਾਲ ਕਰਨਾ ਚਾਹੁੰਦਾ। ਬਰਤਾਨੀਆ ਦੇ ਵਿੱਚ ਚੰਗੇ ਭਵਿੱਖ ਨੂੰ ਲੈ ਕੇ ਪਹੁੰਚਿਆ ਹੋਣਾ ਸੰਤੋਖ ਸਿੰਘ ਜੌਹਰ, ਪਰ ਉਸਨੂੰ ਨਹੀਂ ਸੀ ਪਤਾ ਕਿ ਆਪਣੀ ਜ਼ਿੰਦਗੀ ਦਾ ਬਹੁਤਾ ਹਿੱਸਾ ਉਸਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਬਿਤਾਉਣਾ ਪੈ ਸਕਦਾ ਹੈ। ਇਹ ਕਿਸੇ ਵੀ ਵਿਅਕਤੀ ਦੇ ਨਾਲ ਹੋ ਸਕਦਾ ਜੇਕਰ ਉਹ ਆਪਣੇ ਗੁੱਸੇ ਤੇ ਕਾਬੂ ਨਾ ਪਾਵੇ। ਅਸਲ ਦੇ ਵਿੱਚ ਸੰਤੋਖ ਸਿੰਘ ਜੌਹਲ ਦੇ ਨਾਲ ਵੀ ਇੰਝ ਵਾਪਰਿਆ। ਉਹ ਆਪਣੇ ਗੁਆਂਢੀ ਦੇ ਨਾਲ ਇੱਕ ਦਿਨ ਗੁੱਸੇ ਹੋਇਆ, ਅੱਗ ਬਬੂਲਾ ਹੋਇਆ। ਮਿਲੀ ਜਾਣਕਾਰੀ ਦੇ ਅਨੁਸਾਰ ਉਸਨੇ ਆਪਣੇ ਗੁਆਂਢੀ ਨੂੰ ਗਾਲੀ ਗਲੋਚ ਕੀਤਾ, ਮੰਦਾ ਚੰਗਾ ਬੋਲਿਆ। ਇੰਨਾ ਹੀ ਨਹੀਂ, ਉਸਨੇ ਆਖਿਆ ਕਿ ਮੈਂ ਤੇਰੇ ਤੇ ਚਾਕੂ ਨਾਲ ਵਾਰ ਕਰ ਦਿਆਂਗਾ, ਸਟੈਬਿੰਗ ਕਰ ਦਿਆਂਗਾ। ਇਹ ਹਲੇ ਗੱਲਾਂ ਬਾਤਾਂ ਚੱਲ ਹੀ ਰਹੀਆਂ ਸਨ ਕਿ 53 ਵਰਿਆਂ ਦੇ ਸੰਤੋਖ ਸਿੰਘ ਜੌਹਲ ਨੇ ਅੰਦਰੋਂ ਇੱਕ ਬੋਤਲ ਲਿਆਂਦੀ। ਬੋਤਲ ਦੇ ਵਿੱਚ ਤੇਜ਼ਾਬ ਸੀ। ਉਸਨੇ ਆਪਣੇ 30 ਵਰਿਆਂ ਦੇ ਗੁਆਂਢੀ ਦੇ ਉੱਤੇ ਤੇਜ਼ਾਬ ਪਾ ਦਿੱਤਾ ਅਤੇ ਉਹ ਤੇਜ਼ਾਬ ਦੇ ਨਾਲ ਬੁਰੀ ਤਰ੍ਹਾਂ ਝੁਲਸਿਆ ਗਿਆ। ਉਸਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਅਤੇ ਉਸਦੀ ਚਮੜੀ ਬੁਰੀ ਤਰ੍ਹਾਂ ਸੜ ਚੁੱਕੀ ਸੀ। ਉਸੇ ਰਾਤ CCTV ਦੀ ਫੁਟੇਜ ਦੇ ਵਿੱਚੋਂ ਵੀ ਪਤਾ ਲਾਇਆ ਗਿਆ ਅਤੇ ਗੁਆਂਢੀ ਨੇ ਦੱਸ ਵੀ ਦਿੱਤਾ ਕਿ ਮੇਰੇ ਨਾਲ ਮੇਰਾ ਗੁਆਂਢੀ ਸੰਤੋਖ ਸਿੰਘ ਜੌਹਲ ਝਗੜਿਆ ਅਤੇ ਉਸਨੇ ਮੇਰੇ ਉੱਤੇ ਤੇਜ਼ਾਬ ਪਾਇਆ। ਉਸੇ ਰਾਤ ਸੰਤੋਖ ਸਿੰਘ ਜੌਹਲ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਦੂਸਰੇ ਦਿਨ ਉਸ ਉੱਤੇ ਦੋਸ਼ ਆਇਦ ਕਰ ਦਿੱਤੇ ਗਏ। ਇਹ ਘਟਨਾ ਇਸੇ ਸਾਲ 4 ਜਨਵਰੀ ਦੀ ਸ਼ਾਮ 6:57 'ਤੇ ਬਰਤਾਨੀਆ ਵਿੱਚ ਵਾਪਰੀ ਸੀ। ਅਦਾਲਤ ਦੇ ਵਿੱਚ ਕੇਸ ਗਿਆ। ਜਿਊਰੀ ਨੇ ਸੁਣਵਾਈ ਕਰਦਿਆਂ ਸੰਤੋਖ ਸਿੰਘ ਜੌਹਲ ਨੂੰ ਜਿੱਥੇ ਦੋਸ਼ੀ ਕਰਾਰ ਦੇ ਦਿੱਤਾ ਹੈ, ਉਸ ਦੇ ਨਾਲ ਨਾਲ ਉਸਨੂੰ 20 ਸਾਲ ਜੇਲ੍ਹ ਦੀ ਸਜ਼ਾ ਸੁਣਾ ਦਿੱਤੀ ਹੈ ਅਤੇ ਘੱਟੋ ਘੱਟ ਸੰਤੋਖ ਸਿੰਘ ਜੌਹਲ ਨੂੰ 15 ਸਾਲ ਜੇਲ੍ਹ ਦੀਆਂ ਸਲਾਖਾਂ ਪਿੱਛੇ ਬਿਤਾਉਣੇ ਹੀ ਪੈਣਗੇ ਅਤੇ 15 ਸਾਲਾਂ ਬਾਅਦ ਹੋ ਸਕਦਾ ਹੈ ਕਿ ਉਸਨੂੰ ਜ਼ਮਾਨਤ ਮਿਲ ਜਾਵੇ। ਅੱਜ ਦੀ ਖਬਰ ਇੱਕ ਇਸ਼ਾਰਾ ਜ਼ਰੂਰ ਕਰਦੀ ਹੈ ਕਿ ਸਾਨੂੰ ਗੁੱਸਾ ਕਿਸ ਕਦਰ ਕਾਲ ਕੋਠੜੀ ਤੱਕ ਜਾਣ ਵਾਸਤੇ ਮਜਬੂਰ ਕਰ ਸਕਦਾ ਹੈ, ਗੁੱਸਾ ਕਿਸ ਹੱਦ ਤੱਕ ਸਾਡੀ ਜ਼ਿੰਦਗੀ ਬਰਬਾਦ ਕਰ ਸਕਦਾ ਹੈ। ਸੋ ਗੁੱਸੇ 'ਤੇ ਕਾਬੂ ਪਾਉਣਾ ਇਨਸਾਨ ਨੂੰ ਬਹੁਤ ਲਾਜ਼ਮੀ ਹੈ। ਜੇਕਰ ਸੰਤੋਖ ਸਿੰਘ ਜੌਹਲ ਕੁਝ ਪਲਾਂ ਵਾਸਤੇ ਗੁੱਸੇ 'ਤੇ ਕਾਬੂ ਕਰ ਲੈਂਦਾ ਤਾਂ ਉਸਨੂੰ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਜੇਲ੍ਹ ਦੀਆਂ ਸਲਾਖਾਂ ਪਿੱਛੇ ਬਿਤਾਉਣ ਵਾਸਤੇ ਮਜਬੂਰ ਨਾ ਹੋਣਾ ਪੈਂਦਾ। ਦੋਸਤੋ, ਦਵਿੰਦਰ ਸਿੰਘ ਬੈਨੀਪਾਲ ਵੱਲੋਂ ਤੁਹਾਡਾ ਧੰਨਵਾਦ ਸਮਾਂ ਸਾਂਝਾ ਕਰਨ ਲਈ। ਸਤਿ ਸ਼੍ਰੀ ਅਕਾਲ।